ਨਾਮ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜੋ ਅਵਾਰਡ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਨਜ਼ਰੇ ਰਹਿਮਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਬਖਸ਼ਿਸ਼ ਕਰਨਗੇ, ਉਹ ਗੁਰਮੁਖ ਸੰਗੀਤ ਅਕੈਡਮੀ ਅਵਾਰਡ ਪ੍ਰੋਫੈਸਰ ਕਰਤਾਰ ਸਿੰਘ ਜੀ ਪੜ੍ਹਨ ਜਾ ਰਹੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਉੱਪਰ ਆਉਣ ਅਤੇ ਆ ਕਰਕੇ ਗੁਰਮੁਖ ਸੰਗੀਤ ਅਕੈਡਮੀ ਅਵਾਰਡ ਪੜ੍ਹਨ ਅਤੇ ਡਾਕਟਰ ਗੁਰਨਾਮ ਸਿੰਘ ਜੀ ਹੋਰਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੁਆਰਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗੀਤ ਬਹੁਤ ਗੰਭੀਰ ਭਾਰ ਦੇ ਸੰਸਥਾਪਕ ਵਜੋਂ ਕਾਰਜ ਕਰ ਰਹੇ ਹਨ। ਆਪਣੇ 1990 ਵਿੱਚ ਸਿੱਖ ਇਤਿਹਾਸ ਦੇ ਅਤੇ ਵਿਸ਼ਵ ਸੰਗੀਤ ਦੀ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਅਕਰਤੀ ਮੁਖਰਾਗ ਅਤੇ 31 ਰਾਗ ਪ੍ਰਕਾਰਾਂ ਸ਼ਬਦ ਗਾਇਨ ਦੀ HMV ਦੁਆਰਾ ਰਿਕਾਰਡਿੰਗ ਕਰਵਾਉਣ ਦਾ ਵਿਸ਼ੇਸ਼ ਇਤਿਹਾਸਿਕ ਕਾਰਜ ਕੀਤਾ। ਗੁਰਮੁਖ ਸੰਗੀਤ ਅਕਾਦਮਿਕ ਬਾਣੀ ਵਜੋਂ ਆਪਣੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਮੁਖ ਸੰਗੀਤ ਚੇਅਰ 2003, ਗੁਰਮੁਖ ਸੰਗੀਤ ਵਿਭਾਗ 2005, ਭਾਈ ਰਣਜੀਤ ਸਿੰਘ ਆਨਲਾਈਨ ਗੁਰਮੁਖ ਸੰਗੀਤ ਲਾਇਬ੍ਰੇਰੀ 2010, ਸੰਤ ਸੁੱਚਾ ਸਿੰਘ ਆਰਕਾਈਵਸ ਆਫ ਮਿਊਜ਼ਿਕ 2011। ਆਪਨੇ ਪਹਿਲੀ ਵਾਰ ਗੁਰਮੁਖ ਸੰਗੀਤ ਦੀ ਤਕਨੀਕੀ ਸ਼ਬਦਾਵਲੀ ਸਥਾਪਿਤ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕਰਵਾਈ ਅਤੇ ਗੁਰਮਤ ਗਿਆਨ ਆਨਲਾਈਨ ਟੀਚਿੰਗ 2013 ਦੀ ਸਥਾਪਨਾ ਕਰਵਾਈ। ਸੰਗੀਤ ਦੇ ਖੇਤਰ ਵਿੱਚ 40 ਤੋਂ ਵੱਧ ਪੁਸਤਕਾਂ, 75 ਤੋਂ ਵੱਧ ਵਧੀਕ ਖੋਜ ਪੱਤਰ, 300 ਤੋਂ ਵੱਧ ਖੋਜ ਆਰਟੀਕਲਸ, 22 ਆਰਕਾਈਵਲ ਰਿਕਾਰਡਿੰਗਸ ਅਤੇ ਕਈ ਡਾਕੂਮੈਂਟਰੀ ਫਿਲਮਾਂ ਆਦਿ ਤਿਆਰ ਕੀਤੀਆਂ ਹਨ। ਸ੍ਰੀ ਦਰਬਾਰ ਸਾਹਿਬ ਮਿਸ਼ਰ ਹੇ 33 ਸਾਜ਼ਾਂ ਦੀ ਪੁਨਰ ਸੁਰਜੀਤੀ ਵਿੱਚ ਆਪ ਦਾ ਅਹਿਮ ਯੋਗਦਾਨ ਰਿਹਾ ਹੈ। ਆਪ ਦੀ ਨਿਗਰਾਨੀ ਵਿੱਚ ਵਿਸ਼ਵ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਗੁਰਮਤਿ ਸੰਗੀਤ ਅਤੇ ਸੰਗੀਤ ਦੇ ਖੇਤਰ ਵਿੱਚ ਕਾਰਜ ਕਰ ਰਹੇ ਕਈ ਪ੍ਰੋਫੈਸਰ ਸਾਹਿਬਾਨ ਆਪ ਵੱਲੋਂ PhD ਕਰ ਚੁੱਕੇ ਹਨ ਅਤੇ ਕਈ ਵਿਦਿਆਰਥੀ PhD ਕਰ ਰਹੇ ਹਨ। ਵਿਸ਼ਵ ਪੱਧਰ 'ਤੇ ਵੱਖ ਵੱਖ ਸੰਸਥਾਵਾਂ ਵੱਲੋਂ ਆਪ ਨੂੰ ਅਨੇਕ ਮਾਣ ਸਨਮਾਨ ਅਤੇ ਅਵਾਰਡ ਪ੍ਰਦਾਨ ਕੀਤੇ ਗਏ ਹਨ, ਜਿਵੇਂ 2001 ਵਿੱਚ ਸ਼੍ਰੋਮਣੀ ਅਕਾਲੀ ਅਵਾਰਡ, ਪੰਜਾਬ ਭਾਸ਼ਾ ਵਿਭਾਗ, 2002 ਵਿੱਚ ਸੀਨੀਅਰ ਫੈਲੋਸ਼ਿਪ ਸੰਗੀਤ ਨਾਟਕ ਅਕੈਡਮੀਆਂ ਵਿੱਚ ਦਿੱਲੀ, 2002 ਵਿੱਚ ਵਿਸ਼ੇਸ਼ ਸਨਮਾਨ ਸ੍ਰੀ ਹਰਿਮੰਦਰ ਸੰਗੀਤ ਮਹਾਂਸਭਾ ਡਿਸਟ੍ਰਿਕਟ ਜਲੰਧਰ, 2010 ਵਿੱਚ ਸੰਗੀਤ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਹਿਤ ਸਟੇਟ ਅਵਾਰਡ ਪੰਜਾਬ, 2011 ਵਿੱਚ ਸ਼੍ਰੋਮਣੀ ਅਕਾਲੀ ਅਵਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ। ਗੁਰਮੁਖ ਸੰਗੀਤ ਦੇ ਅਕਾਦਮਿਕ ਸੰਸਥਾਪਕ ਗੁਰਮੁਖ ਸੰਗੀਤ ਆਚਾਰੀਆ ਡਾਕਟਰ ਗੁਰਨਾਮ ਸਿੰਘ, ਫਾਊਂਡਰ ਪ੍ਰੋਫੈਸਰ ਅਤੇ ਮੁਖੀ ਗੁਰਮੁਖ ਸੰਗੀਤ ਚੇਅਰ, ਗੁਰਮੁਖ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਹਨਾਂ ਦੀਆਂ ਇਤਿਹਾਸਕ ਸੇਵਾਵਾਂ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਮੁਖ ਸੰਗੀਤ ਅਕੈਡਮੀ ਦੇ 15ਵੇਂ ਸਥਾਪਨਾ ਦਿਵਸ 'ਤੇ ਗੁਰਮੁਖ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਗੁਰਮਤਿ ਸੰਗੀਤ ਅਕੈਡਮੀ ਅਵਾਰਡ ਸਿਰਪਾਓ ਸਨਮਾਨ ਪੱਤਰ ਰਾਸ਼ੀ ਸਹਿਤ ਪ੍ਰਦਾਨ ਕੀਤਾ ਜਾਂਦਾ ਹੈ। 17 ਦਸੰਬਰ 2013 ਸਮੂਹ ਵਿਦਿਆਰਥੀ ਗੁਰਮੁਖ ਸੰਗੀਤ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਹੜੀ ਤੁਹਾਡੀ ਅਖਬਾਰ 'ਚ ਲੱਗਣੀ ਉਹਨਾਂ ਵਾਸਤੇ ਸੋਨਿਹਾਲ।